ਹਾਂਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਉਠੀ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਸੋ ਅੱਜ ਆਪਾਂ ਪਹੁੰਚੇ ਹਾਂ ਜੀ ਪੰਜਾਬੀ ਖੇਡ ਮੇਲਾ, ਅਤੇ ਇਹ ਹੈਗਾ ਕੈਂਬਰਿਜ ਦੇ ਵਿੱਚ ਸੇਂਟ ਬੈਨੇਡਿਕਟ ਸਕੂਲ ਦੇ ਵਿੱਚ ਫਰੈਂਕਲਿਨ ਐਂਡ ਸੈਗਨਾ 'ਤੇ। ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਦਾ ਮੇਲਾ ਚੱਲ ਰਿਹਾ, ਕੰਮ ਭਖਿਆ ਹੋਇਆ ਪੂਰਾ ਦਾ ਪੈਸਾ। ਚਲੋ ਕਰਾਂ ਬਈ, ਅੱਜ ਪੰਜਾਬ ਵਾਂਗੂ ਚੱਲ ਰਹੀ ਹੈ ਕਮੈਂਟਰੀ। ਜਗ੍ਹਾ ਪੂਰੀ ਪੂਰੀ ਆ ਗਈ, ਪਾਰਕਿੰਗ ਨੂੰ ਜਗ੍ਹਾ ਪੂਰੀ ਪੂਰੀ ਆ। ਖੇਡਾਂ, ਖਿਡਾਰੀ, ਚਲੋ ਜੀ ਦੇਖੋ ਮੇਲਾ। ਇਹ ਤਰੀਫ ਤਾਂ ਤੈਨੂੰ ਲੱਗਦੀ ਮੇਰੀ ਜਾਨ ਤੇ ਬਣੀਆਂ ਆ, ਤੈਨੂੰ ਤਰੀਫ ਲੱਗਣ ਡਈ ਆ। ਉਹ ਜਦੋਂ ਵੀ ਪਹਿਲੇ 2 ਮਹੀਨੇ ਜਿਹੜੀ ਛੰਡ ਛੰਡ ਹੋਈ ਕੰਨਾਂ ਦੇ ਵਿੱਚ ਘੰਡ ਘੰਡ ਹੋਇਆ ਕਰੇ, ਮੈਨੂੰ ਕੋਈ ਕਹਿੰਦਾ ਵੀ ਹੁਣ ਕਿੱਦਾਂ। ਲੋ ਇੱਕ ਵਾਰੀ ਫੇਰ ਜੁੜਦੇ ਹਾਂ ਖੇਡ ਮੈਦਾਨ ਦੇ ਨਾਲ। ਅਸੀਂ ਹਾਸੇ ਮਜ਼ਾਕ ਦੀਆਂ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ, ਪਰ ਜਿੰਨੀਆਂ ਸਾਡੀਆਂ ਭੈਣਾਂ ਆ ਜਾਓ ਖੇਡ ਮੈਦਾਨ ਦੇ ਵਿੱਚ ਗਾਗਰ ਰੇਸ ਵੀ ਸ਼ੁਰੂ ਹੋਣ ਵਾਲੀ ਹੈ, ਹੋਰ ਵੀ ਬਹੁਤ ਸਾਰੀਆਂ ਰੇਸਾਂ ਜਿਹੜੀਆਂ ਇੱਥੇ ਲਗਾਈਆਂ ਜਾ ਰਹੀਆਂ। ਆਪਾਂ ਹਾਸਾ ਮਖੌਲ ਜਿਹੜਾ ਕਹਿੰਦੇ ਵੀ ਉਹ ਠੱਠਾ ਜਿਹੜਾ ਪੰਜਾਬ ਦਾ, ਉਹ ਵੀ ਇਸੇ ਤਰ੍ਹਾਂ ਚੱਲਦਾ ਰਹੇ। ਕਰਦੀ ਬਣੀ ਕੁਦਰ ਮਾਰਨੀ ਪੈਣੀ, ਛੇਤੀ ਆ ਜਾਵੇ। ਬਹੁਤ ਬਹੁਤ ਧੰਨਵਾਦ ਪ੍ਰਿੰਸ ਵੀਰ ਇਹਦਾ, ਕਿਉਂਕਿ ਇਹਨੂੰ ਬੜੀ ਮੁਸ਼ਕਤ ਕਰਨੀ ਪੈਂਦੀ, ਦੂਜੇ ਪਾਸੇ ਵੀ ਜਾਣਾ ਪੈਂਦਾ। ਸੋ ਨਾਲ ਦੀ ਨਾਲ ਅਸੀਂ ਕਰਦਾ ਫਟਾਫਟ ਜਿਹੜੇ ਸਨਮਾਨ ਕਰਦਾ। ਹਾਂਜੀ ਗੁਰਦਾਵਰ, ਹਾਂਜੀ ਇੱਕ ਸਾਡੀ ਬੇਨਤੀ ਹੈ ਕਿ ਹੋਂਡਾ ਸਿਵਿਕ ਅਤੇ ਇੱਕ ਟੋਇਟਾ ਕੈਮਰੀ, ਇਹ 2 ਗੱਡੀਆਂ ਗਾਰਬੇਜ ਬਿਨਸ ਦੇ ਕੋਲ ਖੜੀਆਂ, CCPA 243 ਅਤੇ ਟੋਇਟਾ ਕੈਮਰੀ C4VZ223। ਸੋ ਸਾਡੀ ਬੇਨਤੀ ਹੈ ਕਿ ਦੋਵੇਂ ਗੱਡੀਆਂ ਕਿਰਪਾ ਕਰਕੇ ਮੂਵ ਕਰ ਦਿਓ, ਸਾਨੂੰ ਬਹੁਤ ਪ੍ਰੋਬਲਮ ਆ ਰਹੀ ਹੈ। ਸਾਡੇ ਵਲੰਟੀਅਰਸ ਉੱਥੇ ਗਾਰਬੇਜ ਉਹਨਾਂ ਨੇ ਉੱਧਰ ਡੰਪ ਕਰਨਾ, ਸੋ ਸਾਡੀ ਬੇਨਤੀ ਹੈ ਦੋਵੇਂ ਗੱਡੀਆਂ ਪਲੀਜ਼ ਮੂਵ ਕਰ ਦਿਓ। ਘਰ ਵੀ ਪੈਸੇ ਇੱਦਾਂ ਗੱਲਾਂ ਗੱਲਾਂ ਕਰਕੇ ਲੈਂਦੇ ਰਹਿਣਾ, ਉਹ ਵੀ ਕੰਮ ਚੱਲਦਾ ਰਹਿਣਾ, ਪਰ ਤੁਹਾਨੂੰ ਖੁਸ਼ ਵੀ ਰੱਖਣਾ। ਮਾਰ ਦਿਓ ਤਾੜੀਆਂ ਇੱਕ ਵਾਰੀ ਸਾਡੀਆਂ ਮਾਤਾਵਾਂ ਦੇ ਨਾਂ 'ਤੇ, ਕਦੇ ਕਿਸਾਨਾਂ ਦੀ ਗੱਲ, ਕਦੇ ਭੱਤਿਆਂ ਦੀ ਗੱਲ, ਕਦੇ ਦੁੱਧਾਂ ਦੀ ਗੱਲ, ਕਦੇ ਕਹਿੰਦੇ ਵੀ ਉਹਨਾਂ ਟੱਲੀਆਂ ਦੀ ਗੱਲ, ਪਰ ਇਧਰਲੇ ਪਾਸੇ ਵੇਖਦੇ ਬਈ ਅੱਜ ਦੇ ਇਸ ਸਮੇਂ ਦੀ ਗੱਲ। ਖੇਡ ਮੈਦਾਨ ਦੇ ਨਾਲ ਜੁੜੀਏ, ਆਹ ਦੇਖੋ ਸਾਡੇ ਪ੍ਰਬੰਧਕ ਵੀਰ ਪਿੱਛੇ ਪਿੱਛੇ ਦੱਸਦੇ ਵੀ ਐਂ ਨੂੰ ਜਾਣਾ, ਇਹ ਫਲਾਈਟਾਂ ਨਹੀਂ ਚੜੀਆਂ, ਇਹ ਕੋਈ ਏਅਰ ਕੰਟਰੋਲਰ ਨਹੀਂ ਜਿਹੜਾ ਕੰਟਰੋਲ ਕਰ ਰਿਹਾ, ਜਿੱਧਰ ਨੂੰ ਫਲਾਈਟਾਂ ਜਾਂਦੀਆਂ ਜਾਣ ਦਿਓ, ਇਹਨਾਂ ਨੇ ਲੈਂਡ ਆਪੇ ਹੀ ਕਰ ਜਾਣਾ, ਆਪੇ ਹੀ ਕਰ ਲੈਣਾ। ਤਾੜੀਆਂ ਮਾਰ ਕੇ ਰਣਜੀਤ ਸਿੰਘ, ਗੱਲ ਹੀ ਬਣ ਗਈ। 3 ਪਾਰਟਿਸਪੈਂਟ ਆ ਕਿ ਡਿਸਕੁਆਲੀਫਾਈ ਤੇ ਦੂਜੇ ਫਸਟ ਤੇ ਸੈਕੰਡ ਆ ਗਏ। ਇੱਧਰ ਚੱਲ ਰਿਹਾ ਵਾਲੀਬਾਲ ਦਾ ਟੂਰਨਾਮੈਂਟ, ਪਹਿਲਾਂ ਤੁਸੀਂ ਗਾਗਰ ਰੇਸ ਦੇਖੀ ਹੈਗੀ, ਇੱਧਰ ਵਾਲੀਬਾਲ ਟੀਮ ਰਿਗ ਈਐਕਸਪੀ ਰਿਐਲਿਟੀ ਵੱਲੋਂ ਡਰਾਅ ਨਿਕਲੇ, ਮਨਪ੍ਰੀਤ
ਮੰਤਰੀ ਤਾਂ 416-427-6698 ਸਾਡੀ ਬੇਨਤੀ ਹੈ ਕਿ ਉਹਨਾਂ ਦੇ ਫੂਨ ਤੇ ਜਾ ਕੇ ਆਪਣਾ ਨਾਮ ਲੈ ਸਕਦੇ ਆ ਈਐਕਸ ਰਿਐਲਿਟੀ ਇੰਦਰਜੀਤ ਸਰਪਾਲ ਇਹ ਮੇਰੇ ਅੱਧਾ ਦੱਸ ਕੇ ਜਾਂਦਾ ਮੈਂ ਪੂਰਾ ਮੈਨੂੰ ਆਪਣੇ ਕੋਲ ਕਰਨਾ ਪੈਂਦਾ ਇੰਦਰਜੀਤ ਸਰਪਾਲ ਸੀਆਈਡੀਸੀ ਤੋਂ ਜੀ ਵੀ ਟਰੈਕਾਂ ਤੇ ਆ ਗਏ ਆ ਇਹ ਵੀ ਆਇਆ ਸੀਗਾ ਬੋਲ ਕੇ ਦੇ ਗਿਆ ਬ੍ਰਾਇਨ ਮੇ ਹੈ ਮੈਂਬਰ ਪਾਰਲੀਮੈਂਟ ਆਫ ਕੈਂਬਰਿਜ ਇਹ ਸਟਾਲ ਆਇਆ ਹੋਇਆ ਸੀ ਮੈਂਬਰ ਪਾਰਲੀਮੈਂਟ ਆਪਣੇ ਕੈਂਬਰਿਜ ਤੋਂ MP You guys are representing Brian May, right? That's right, the okay. member of parliament here. Okay. Hello, ji. Kada ji apna kada laya ve stall? And painting hai. Ye sari handmade paintings ne. Paint to learn. ਕੋਈ ਗੱਲ ਨਹੀਂ ਪੇਂਟ ਟੂ ਲਰਨ 'ਤੇ ਜ਼ਰੂਰ ਦੇਖੋ ਜੀ ਇਹਨਾਂ ਦੀਆਂ ਪੇਂਟਿੰਗਸ ਨੇ ਬਹੁਤ ਸਾਰੀ ਹੈਂਡਮੇਡ ਪੇਂਟਿੰਗਸ ਨੇ ਤੁਹਾਡਾ ਨਾਮ ਕੀ ਆ ਅਰਸ਼ਦੀਪ ਭੈਣ ਬਣਾਉਂਦੀ ਹੈ ਤੁਸੀਂ ਦੇਖ ਸਕਦੇ ਹੋਗੇ ਠੀਕ ਇਹ ਆਪਣਾ ਕੈਂਬਰਿਜ ਹੀ ਆ ਨਾ ਠੀਕ ਹੈ ਚਲੋ ਠੀਕ ਹੈ ਬਾਈ ਧੰਨਵਾਦ ਇਹ ਆਪਣੇ ਉਹ ਲੱਗੇ ਮੇਰੇ ਪਤਾ ਕਿਹੜੇ ਨੇ ਇਹਨੇ ਬੈੱਡ ਸ਼ੀਟ ਲਿਆਂਦੀ ਆਪਾਂ ਉਹਦੀ ਨਹੀਂ ਉਹਦੀ ਨਹੀਂ ਆਪਣਾ ਕੀ ਹੈ ਵੀਰੇ ਇਹ ਹਾਂਜੀ ਸਾਡੀ ਵੀਰੇ ਸੰਸਥਾ ਐਜੂਕੇਟ ਪੰਜਾਬ ਪ੍ਰੋਜੈਕਟ ਤੇ ਗਰੀਬ ਬੱਚਿਆਂ ਦੀ ਹੈਲਪ ਕਰ ਰਹੇ ਸਟੱਡੀ ਇਸ ਟਾਈਮ ਸਾਡੇ ਕੋਲ 500 ਪਲੱਸ ਸਟੂਡੈਂਟਸ ਨੇ ਜੋ ਲੋੜਵੰਦ ਅਤੇ ਗਰੀਬ ਨੇ ਪੰਜਾਬ 'ਚ ਉਹਨਾਂ ਦੀ ਸੰਸਥਾ ਹੈਲਪ ਕਰਦੀ ਆ ਠੀਕ ਹੈ ਅਤੇ ਇਸ ਤੋਂ ਇਲਾਵਾ ਸਾਡੇ 8 ਸਕੂਲ ਆਲ ਓਵਰ ਪੰਜਾਬ ਐਂਡ ਰਾਜਸਥਾਨ 'ਚ ਨੇ ਠੀਕ ਹੈ ਅਤੇ ਡੋਨੇਸ਼ਨ ਆਪਣੇ ਇਹਦੇ ਤਾਂ ਡੋਨੇਸ਼ਨ ਆਏ ਹੋਊ ਜਾਂ ਉੱਦਾਂ ਵੀ ਆਪਾਂ ਕਰ ਸਕਦੇ ਹਾਂ ਕਿਸੇ ਤਰੀਕੇ ਨਾਲ ਸਾਡੇ ਕੋਲ ਫੋਰਮਸ ਵੀ ਨੇ ਜੇ ਤੁਸੀਂ ਬੱਚਾ ਅਡੋਪਟ ਕਰਨਾ ਅੱਛਾ ਬੱਚਾ ਅਡੋਪਟ ਹੋ ਜਾਂਦਾ ਨਾਲ ਹੈ ਸਾਡੇ ਵਲੰਟੀਅਰਸ ਨੇ ਈਚ ਐਂਡ ਐਵਰੀ ਸਿਟੀ ਸਾਡਾ ਕੋਈ ਯੂਨੀਕ ਪਲੇਟਫਾਰਮ ਹੈ ਤੁਸੀਂ ਜਨਰਲ ਡੋਨੇਸ਼ਨ ਦੀ ਅਸੀਂ ਕਾਲ ਨਹੀਂ ਕਰਦੇ ਅਸੀਂ ਕਹਿੰਦੇ ਬੱਚਾ ਸਪੌਂਸਰ ਕਰ ਓਕੇ ਇਹ ਬੱਚੇ ਦੀ ਪ੍ਰੋਫਾਈਲ ਹੈ ਜਿਹੜਾ ਬੱਚਾ ਸਪੌਂਸਰ ਕਰੋਗੇ ਤੁਹਾਡੇ ਪੂਰੇ ਪੈਸੇ ਬੱਚੇ ਕੋਲ ਜਾਣੇ ਆ ਤੁਹਾਨੂੰ ਬੱਚੇ ਦਾ ਨਾਮ ਐਡਰੈਸ ਫੋਨ ਨੰਬਰ ਦੇ ਨਾਲ ਦੇ ਦਿੰਦੇ ਆ ਆਹ ਬੱਚਾ ਹੈਗਾ ਤੁਹਾਡੇ $20 $30 ਜੋ ਦੇਣ ਲੱਗੇ ਬੱਚਿਆਂ ਦੇ ਆਹ ਬੱਚੇ ਕੋਲ ਚੱਲਿਆ ਤਾਂ ਇਹਦਾ ਨੰਬਰ ਲੈ ਕੇ ਸਿੱਧੀ ਗੱਲ ਕਰ ਸਕਦੇ ਹੋ ਠੀਕ ਹੈ ਤੁਹਾਡਾ ਕੋਈ ਕੰਟੈਕਟ ਬਾਈ ਹਾਂਜੀ ਬਾਈ ਯਾਰ ਆਪਣਾ ਇਹ ਹੈਗਾ ਜੀ ਔਰ ਸਾਡਾ ਕੰਟੈਕਟ ਹੈ ਸਭ ਤੋਂ ਵੱਡੀ ਸੇਵਾ ਵਿੱਦਿਆ ਦਾ ਲੰਗਰ ਲਾ ਦਈਏ ਸਾਡਾ ਨੰਬਰ ਹੈ ਜੀ 6477451611 ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਥੈਂਕ ਯੂ ਬਾਈ ਥੈਂਕ ਯੂ ਜਿਵੇਂ ਗਾਗਰ ਰੇਸ ਫਿਨਿਸ਼ ਹੁੰਦੀ ਹੈ ਤੁਰੰਤ ਪੈਣਾ ਫਿਰ ਨਾਲ ਦੇ ਵੀ ਡੋਲਦਾ ਹੈ ਚੜੀ ਦਾ ਰੇਸ਼ ਆ ਤੁਸੀਂ ਪਿੱਛੇ ਜਗ੍ਹਾ ਪਰ ਹਲੇ ਜਾਣਾ ਪੈ ਗਿਆ ਹਲੇ ਆ ਵੀ ਗਾਗਰ ਦੇ ਮੇਰਾ ਨਾਮ ਤਾਂ ਪਹਿਲੇ ਚੱਟੇ ਆਈ ਆਪਣੇ
ਅਨੀਸ਼ ਬਾਈ ਆ ਗਿਆ। ਅਨੀਸ਼ ਬਾਈ ਕੀ ਹਾਲ ਹੈ, ਕੈਸੇ ਹੈ, ਠੀਕ ਹੈ? ਹਾਂਜੀ, ਕਿਆ ਹਾਲ ਹੈ? ਦੇਖੀ ਭੈਣ ਮੇਰੀ ਕਦੇ ਡਿੱਗੇ ਨੇ ਭਾਈ, ਹੋਰ ਜਾ ਜਾਂਦੀ ਲੱਗੀ ਇੱਥੇ ਤਾਂ ਲਾਹੌਰ ਹੀ ਬਦਲਦੀਆਂ। ਮੈਨੂੰ ਆ ਵੀ ਲੱਗਦਾ ਸੀ ਇੱਦਾਂ ਹੀ, ਪਰ ਫਿਰ ਇੰਡੀਆ ਚੱਕਾ ਆ। ਸੋ ਕਈ ਵਾਰੀ ਹੁੰਦਾ ਵੀ ਜਿਹੜਾ ਇਸ ਕਰਕੇ ਵੀ ਉਹ ਨਹੀਂ ਆਪਾਂ ਦੱਸਣਾ, ਪਰ ਡੇਟਾ ਐਸਾ ਨਹੀਂ ਹੋਣਾ। ਕੀ ਗੱਲ ਹੋ ਗਈ ਜੀ?